ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਤੁਹਾਡੀ ਪਲੱਸ ਟੂ ਬੋਰਡ ਦੀ ਪ੍ਰੀਖਿਆ ਸ਼ੁਰੂ ਹੋਣ ਜਾ ਰਹੀ ਹੈ, ਤੁਸੀਂ ਮਿਹਨਤ ਵੀ ਕਰ ਰਹੇ ਹੋ ਅਤੇ ਤੁਸੀਂ ਸ਼ਾਨਦਾਰ ਤਰੀਕੇ ਨਾਲ ਕਾਮਯਾਬ ਵੀ ਹੋਵੋਗੇ, ਅਜਿਹੀ ਸਾਨੂੰ ਸਾਰਿਆਂ ਨੂੰ ਉਮੀਦ ਹੈ। ਮੈਂ ਰਾਜਕੁਮਾਰ, ਲੈਕਚਰਾਰ ਹਿਸਟਰੀ, ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਬਲ ਕਲਾਂ ਅੰਮ੍ਰਿਤਸਰ ਤੋਂ ਤੁਹਾਡੇ ਸਾਰਿਆਂ ਦੇ ਨਾਲ ਇਤਿਹਾਸ ਸੰਬੰਧੀ ਆਪਣਾ ਗੈਸਟ ਵਰਕ ਜਿਹੜਾ ਹੈ ਉਹ ਇੱਕ ਸੀਰੀਜ਼ ਦੇ ਵਿੱਚ ਸ਼ੁਰੂ ਕਰਨ ਜਾ ਰਿਹਾ ਹਾਂ। ਮੈਨੂੰ ਉਮੀਦ ਹੈ ਤੁਸੀਂ ਇਸ ਦੇ ਅਕੋਰਡਿੰਗਲੀ ਆਪਣੀ ਤਿਆਰੀ ਜਿਹੜੀ ਹੈ ਉਹ ਕਰੋਗੇ, ਜਿਹਦਾ ਕਿ ਤੁਹਾਡੇ ਪ੍ਰੀਖਿਆ ਦੇ ਵਿੱਚ ਵੀ ਤੁਹਾਨੂੰ ਲਾਭ ਹੋਏਗਾ ਅਤੇ ਨਾਲ ਨਾਲ ਤੁਹਾਡੇ ਗਿਆਨ ਦੇ ਵਿੱਚ ਵੀ ਲਗਾਤਾਰ ਵਾਧਾ ਹੁੰਦਾ ਰਹੇਗਾ। ਅਤੇ ਆਓ ਅੱਜ ਦਾ ਲੈਸਨ ਡਿਸਕਸ ਕਰੀਏ। ਸੋ ਪਿਆਰੇ ਵਿਦਿਆਰਥੀਓ, ਤੁਹਾਡਾ ਅਗਲਾ ਲੈਸਨ ਮੁਗਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ, ਲੈਸਨ ਨੰਬਰ 14। ਇਹਦੇ ਇੰਪੋਰਟੈਂਟ ਪੁਆਇੰਟਸ ਜਿਹੜੇ ਨੇ ਉਹ ਆਪਾਂ ਨੋਟ ਕਰਨੇ ਨੇ। ਨੰਬਰ 1, ਮੁਗਲਾਂ ਨੇ 1526 ਈਸਵੀ ਤੋਂ ਲੈ ਕੇ 1752 ਈਸਵੀ ਤੱਕ ਸ਼ਾਸਨ ਕੀਤਾ। ਨੰਬਰ 2, ਸਮਾਜ ਵਿੱਚ ਮੁੱਖ ਤੌਰ 'ਤੇ ਸਿਰਫ ਦੋ ਹੀ ਧਰਮ ਸਨ, ਹਿੰਦੂ ਅਤੇ ਮੁਸਲਮਾਨ। ਪੁਆਇੰਟ ਨੰਬਰ 3, ਮੁਸਲਿਮ ਸਮਾਜ ਮੁੱਖ ਤੌਰ 'ਤੇ 3 ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ। ਨੰਬਰ 4, ਹਿੰਦੂ ਸਮਾਜ ਵਰਨ ਵਿਵਸਥਾ ਤਹਿਤ ਅਨੇਕਾਂ ਜਾਤਾਂ ਵਿੱਚ ਵਿਭਾਜਿਤ ਸੀ। ਨੰਬਰ 5, ਮੁਸਲਿਮ ਸਮਾਜ ਦੀ 3 ਸ਼੍ਰੇਣੀ ਵਿੱਚ ਛੋਟੀਆਂ ਜਾਤਾਂ ਤੋਂ ਇਲਾਵਾ ਗੁਲਾਮ ਵੀ ਵੱਡੀ ਗਿਣਤੀ ਵਿੱਚ ਸਨ। ਨੰਬਰ 6, ਹਿੰਦੂ ਆਪਣੀ ਮੁੱਢਲੀ ਸਿੱਖਿਆ ਮੰਦਰਾਂ ਅਤੇ ਮੁਸਲਮਾਨ ਮਸੀਤਾਂ ਵਿੱਚ ਪ੍ਰਾਪਤ ਕਰਦੇ ਸਨ। ਨੰਬਰ 7, ਉਚੇਰੀ ਸਿੱਖਿਆ ਦੇ ਕੇਂਦਰ ਸੁਲਤਾਨਪੁਰ, ਲਾਹੌਰ, ਮੁਲਤਾਨ, ਸਿਆਲਕੋਟ, ਜਲੰਧਰ, ਬਟਾਲਾ, ਅੰਬਾਲਾ ਅਤੇ ਸਰਹੰਦ ਸਨ। ਨੰਬਰ 8, ਸਰਕਾਰ ਮਦਰਸਿਆਂ ਨੂੰ ਵਿੱਤੀ ਸਹਾਇਤਾ ਦਿੰਦੀ ਸੀ। ਮਦਰਸੇ ਉਹ ਸਨ ਜਿਹੜੇ ਕਿ ਮਸੀਤਾਂ ਦੇ ਵਿੱਚ ਮੌਲਵੀ ਜਿਹੜੇ ਪੜ੍ਹਾਉਂਦੇ ਹਨ ਉਹਨਾਂ ਨੂੰ ਅਸੀਂ ਮਦਰਸੇ ਕਹਿੰਦੇ ਹਾਂ। ਸੋ ਮੁਸਲਮਾਨਾਂ ਦੀ ਸਰਕਾਰ ਸੀ ਮੁਗਲਾਂ ਦੀ, ਉਹ ਹਿੰਦੂਆਂ ਦੇ ਮੰਦਰਾਂ ਨੂੰ ਮਦਦ ਨਹੀਂ ਸੀ ਕਰਦੀ ਬਲਕਿ ਮਦਰਸਿਆਂ ਦੀ ਵਿੱਤੀ ਮਦਦ ਕਰਦੀ ਸੀ, ਯਾਨੀ ਕਿ ਉਹਨਾਂ ਨੂੰ ਵਿੱਤੀ ਤੌਰ 'ਤੇ, ਰੁਪਈਏ ਪੈਸੇ ਦੇ ਤੌਰ 'ਤੇ ਉਹਨਾਂ ਨੂੰ ਦਾਨ ਦਿੰਦੀ ਸੀ। ਨੰਬਰ 9, 80% ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਸੀ। ਉਸ ਵੇਲੇ ਦਾ ਜਿਹੜਾ ਸਮਾਜ ਸੀਗਾ, ਹਿੰਦੂ ਹੋਣ ਭਾਵੇਂ ਮੁਸਲਮਾਨ ਹੋਣ, 80% ਲੋਕ ਜਿਹੜੇ ਸੀਗੇ ਉਹ ਖੇਤੀ ਕਰਦੇ ਸਨ। ਨੰਬਰ 10, 1581 ਈਸਵੀ ਵਿੱਚ ਪੰਜਾਬ ਵਿੱਚ ਜਬਤੀ ਪ੍ਰਣਾਲੀ ਸ਼ੁਰੂ ਕੀਤੀ ਗਈ। ਜਬਤੀ ਪ੍ਰਣਾਲੀ ਤਹਿਤ ਸਾਰੀ ਧਰਤੀ ਦੀ ਪੈਮਾਇਸ਼ ਕੀਤੀ ਗਈ, ਉਹਦੀ ਮੇਜ਼ਰਮੈਂਟ ਕੀਤੀ ਗਈ ਅਤੇ ਜਿਹੜੀ ਉਪਜਾਊ ਧਰਤੀ ਸੀ ਉਸ ਨੂੰ 4 ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਇਹ ਨਾਮ ਬੜੇ ਇੰਪੋਰਟੈਂਟ ਨੇ, ਪੋਲਿਸ, ਪਰੋਤੀ, ਛੱਛਰ ਅਤੇ ਬੰਜਰ। ਵੱਧ ਤੋਂ ਵੱਧ ਲਗਾਨ ਫਸਲ ਦਾ 1/3 ਹਿੱਸਾ ਲਿਆ ਜਾਂਦਾ ਸੀ। ਪੁਆਇੰਟ ਨੰਬਰ 12, ਅਕਾਲ, ਸੋਕਾ ਜਾਂ ਕੁਦਰਤੀ ਆਫਤ ਸਮੇਂ ਲਗਾਨ ਮਾਫ ਜਾਂ ਘੱਟ ਕਰ ਦਿੱਤਾ ਜਾਂਦਾ ਸੀ। ਪੁਆਇੰਟ ਨੰਬਰ 13,
ਪੰਜਾਬ ਦੀਆਂ ਪ੍ਰਮੁੱਖ ਫਸਲਾਂ ਕਣਕ, ਕਪਾਹ, ਚੌਲ, ਗੰਨਾ, ਮੱਕੀ, ਛੋਲੇ, ਤੇਲ, ਬੀਜ ਅਤੇ ਜੌਂ ਸਨ। ਪੁਆਇੰਟ ਨੰਬਰ 14, ਸੂਤੀ ਕੱਪੜਾ ਉਦਯੋਗ ਦੇ ਕੇਂਦਰ ਲਾਹੌਰ, ਮੁਲਤਾਨ, ਸਿਆਲਕੋਟ, ਗੁਜਰਾਤ, ਸਮਾਣਾ, ਬਜਵਾੜਾ ਅਤੇ ਅੰਮ੍ਰਿਤਸਰ ਸਨ। ਪੁਆਇੰਟ ਨੰਬਰ 15, ਮੁਲਤਾਨ ਵਿਖੇ ਵਧੀਆ ਚਾਦਰਾਂ, ਗਲੀਚੇ, ਦਰੀਆਂ ਅਤੇ ਬਜਵਾੜਾ ਵਿਖੇ ਪੱਗਾਂ, ਸਾੜੀਆਂ, ਧੋਤੀਆਂ ਆਦਿ ਬਣਦਾ ਸੀ। ਪੁਆਇੰਟ ਨੰਬਰ 16, ਰੇਸ਼ਮੀ ਕੱਪੜਾ ਉਦਯੋਗ ਦੇ ਕੇਂਦਰ ਮੁਲਤਾਨ, ਕਸ਼ਮੀਰ ਅਤੇ ਅੰਮ੍ਰਿਤਸਰ ਸਨ। ਪੁਆਇੰਟ ਨੰਬਰ 17, ਕਸ਼ਮੀਰ ਉੱਨ ਦੇ ਉਦਯੋਗ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਸੀ। ਪੁਆਇੰਟ ਨੰਬਰ 18, ਪਿਸ਼ਾਵਰ ਵਿਖੇ ਕਢਾਈ ਵਾਲੀਆਂ ਜੁੱਤੀਆਂ ਤਿਆਰ ਕੀਤੀਆਂ ਜਾਂਦੀਆਂ ਸਨ। ਪੁਆਇੰਟ ਨੰਬਰ 19, ਮੰਡੀ ਅਤੇ ਸੁਕੇਤ ਦੇ ਪਹਾੜੀ ਇਲਾਕਿਆਂ ਵਿੱਚੋਂ ਤਾਂਬਾ ਅਤੇ ਲੋਹਾ ਮਿਲਦਾ ਸੀ। ਤੇ ਪੁਆਇੰਟ ਨੰਬਰ 20, ਪੰਜਾਬ ਦਾ ਵਿਦੇਸ਼ੀ ਵਪਾਰ ਅਰਬ ਦੇਸ਼ਾਂ ਨਾਲ ਚੱਲਦਾ ਸੀ। ਸੋ ਪਿਆਰੇ ਵਿਦਿਆਰਥੀਓ, ਇਹ ਸਨ ਤੁਹਾਡੇ ਛੋਟੇ ਪ੍ਰਸ਼ਨ। ਤੇ ਆਓ ਹੁਣ 3-3 ਨੰਬਰ ਅਤੇ 5 ਨੰਬਰਾਂ ਵਾਲੇ ਕਿਹੜੇ ਪ੍ਰਸ਼ਨ ਆ ਸਕਦੇ ਹਨ ਉਹਨਾਂ ਦੇ ਬਾਰੇ ਥੋੜ੍ਹੀ ਗੈਸ ਲਗਾਈਏ ਜਾਂ ਜਾਣਕਾਰੀ ਲਈਏ। ਪਹਿਲਾ ਪ੍ਰਸ਼ਨ, ਮੁਗਲ ਕਾਲੀਨ ਸਮਾਜ ਉੱਤੇ ਨੋਟ ਲਿਖੋ। ਦੂਸਰਾ ਪ੍ਰਸ਼ਨ, ਇਸ ਸਮਾਜ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੀ ਸਥਿਤੀ ਬਾਰੇ ਲਿਖੋ। ਤੀਸਰਾ ਪ੍ਰਸ਼ਨ, ਮੁਗਲ ਕਾਲੀਨ ਸਮਾਜ ਵਿੱਚ ਸਿੱਖਿਆ ਵਿਵਸਥਾ ਕਿਹੋ ਜਿਹੀ ਸੀ। ਚੌਥਾ ਪ੍ਰਸ਼ਨ, ਮੁਗਲ ਕਾਲੀਨ ਸਮਾਜ ਵਿੱਚ ਖੇਤੀ ਵਿਵਸਥਾ 'ਤੇ ਨੋਟ ਲਿਖੋ। ਅਤੇ ਪੰਜਵਾਂ ਪ੍ਰਸ਼ਨ, ਲੋਕਾਂ ਦੀ ਆਰਥਿਕ ਹਾਲਤ ਜਾਂ ਵਪਾਰ ਬਾਰੇ ਲਿਖੋ। ਸੋ ਇਹ ਸੀ ਅੱਜ ਦਾ ਗੈਸ ਵਰਕ। ਇਸ ਗੈਸ ਵਰਕ ਦੇ ਅਕੋਰਡਿੰਗਲੀ ਪੜ੍ਹਦੇ ਜਾਓ, ਗਿਆਨ ਵਿੱਚ ਵੀ ਵਾਧਾ ਕਰੋ ਅਤੇ ਪ੍ਰੀਖਿਆ ਵਿੱਚ ਵੀ ਢੇਰ ਸਾਰੇ ਨੰਬਰ ਲਓ। ਧੰਨਵਾਦ। ਥੈਂਕ ਯੂ ਵੈਰੀ ਮੱਚ।